ਤਾੜੀ ਮਾਰੋ ਅਸੀਂ ਤਾੜੀਆਂ ਤੁਹਾਨੂੰ ਘੱਟ ਹੀ ਮਾਰੀਦੇ ਛੇਤਰ ਹੀ ਮਾਰੀਦੇ ਆ ਚਲੋ ਹਰੇਕ ਬੰਦੇ ਦਾ ਆਪਦਾ ਆਪਦਾ ਪ੍ਰੋਫੈਸ਼ਨ ਹੁੰਦਾ ਆਪਦਾ ਆਪਦਾ ਬਿਜ਼ਨਸ ਹੁੰਦਾ ਹਰੇਕ ਬੰਦਾ ਅੱਜ ਦੀ ਘੜੀ ਪੈਸੇ ਦੀ ਦੌੜ ਵਿੱਚ ਲੱਗਿਆ ਤੁਹਾਨੂੰ ਪਤਾ ਹੀ ਹੈ ਚਲੋ ਖੈਰ ਅੱਜ ਤੁਹਾਡਾ ਜੁਗਨੂ ਮਾਲਾ ਮੁਸ਼ਾਇਰੇ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤਾੜੀਆਂ ਮਾਰੋ ਫਿਰ ਤਾੜੀਆਂ ਮਾਰੋ ਆਪਣੇ ਮੁਹੱਲੇ ਦਾ ਮੁਸ਼ਾਇਰਾ ਇਹ ਕੀ ਕਰ ਰਹੇ ਹੋ ਇਹ ਤਾੜੀਆਂ ਮਾਰਨ ਦਾ ਸਟਾਈਲ ਹੈ ਸਾਡਾ ਚਲੋ ਆਪਣਾ ਆਪਣਾ ਸਟਾਈਲ ਹੁੰਦਾ ਦੇਖੋ ਅੱਜ ਦੀ ਘੜੀ ਹਰੇਕ ਬੰਦਾ ਪੈਸੇ ਦੀ ਦੌੜ ਵਿੱਚ ਲੱਗਿਆ ਤੁਹਾਨੂੰ ਪਹਿਲਾਂ ਵੀ ਦੱਸਿਆ ਅੱਜ ਮੈਂ ਨਾ ਬਿਲਕੁਲ ਹੀ ਡਿਫਰੈਂਟ ਕੰਮ ਕਰਨ ਜਾ ਰਿਹਾ ਜਾਣੇ ਦੀ ਮੇਰੇ ਨਾਲ ਮੇਰਾ ਮੁਹੱਲਾ ਵੀ ਨਾਲ ਆ ਸਾਡਾ ਸਾਰਾ ਮੁਹੱਲਾ ਟੋਟਲੀ ਡਿਫਰੈਂਟ ਇੱਕ ਹਟ ਕੇ ਕੰਮ ਕਰਨ ਜਾ ਰਿਹਾ ਸਾਹਿਤਕ ਸਰਗਰਮੀਆਂ ਵੱਲ ਧਿਆਨ ਦੇਣ ਜਾ ਰਿਹਾ ਇਹਦੇ ਨਾਲ ਨਾਲ ਸਾਰਿਆਂ ਦਾ ਮਨੋਰੰਜਨ ਵੀ ਹੋ ਜਾਂਦਾ ਕੀ ਖਿਆਲ ਹੈ ਵਧੀਆ ਗੱਲ ਆ ਨਾ ਤਾੜੀ ਮਾਰੋ ਆਪਣੇ ਆਪਣੇ ਮੁਹੱਲੇ ਦਾ ਪ੍ਰੋਗਰਾਮ ਹੈ ਹੁਣ ਮੈਂ ਤੁਹਾਡਾ ਸਾਰਿਆਂ ਨਾਲ ਤਾਰਫ ਕਰਵਾ ਰਿਹਾ ਜਾਣੇ ਦੀ ਇੰਟਰੋਡਕਸ਼ਨ ਜਾਣ ਪਹਿਚਾਣ ਇਹ ਮੇਰੇ ਜਿਹੜੇ ਸੱਜੇ ਪਾਸੇ ਨੇ ਜਿਹੜੇ ਇਹ ਥਾਣੇਦਾਰ ਸਾਹਿਬ ਨੇ ਇਹ ਮੇਰੇ ਮੁਹੱਲੇ ਦੇ ਨਹੀਂ ਹੈਗੇ ਹੁਣ ਤੁਸੀਂ ਪੁੱਛੋਗੇ ਇਹ ਤੁਹਾਡੇ ਮੁਹੱਲੇ ਦੇ ਮੁਸ਼ਾਇਰੇ ਵਿੱਚ ਕੀ ਕਰ ਰਹੇ ਨੇ ਪਤਾ ਕੀ ਚੱਕਰ ਹੈ ਇਹ ਸਾਡੇ ਮੁਹੱਲੇ ਦੇ ਨੇੜੇ ਥਾਣਾ ਪੈਂਦਾ ਉਹਦੇ ਥਾਣੇਦਾਰ ਨੇ ਪਿਛਲੇ 15 ਸਾਲਾਂ ਤੋਂ ਉੱਥੇ ਥਾਣੇਦਾਰ ਨੇ ਸਾਡਾ ਜਿਹੜਾ ਮੁਹੱਲਾ ਨਾ ਇਹਨਾਂ ਦੇ ਥਾਣੇ ਦੇ ਵਿੱਚ ਪੈਂਦਾ ਉਹਨੇ ਨਾ ਸੋਚਿਓ ਵੀ ਥਾਣੇ ਦੇ ਵਿੱਚ ਉਹਦੀ ਚਾਰ ਦੁਆਰੀ ਦੇ ਵਿੱਚ ਪੈਂਦਾ ਮੇਰਾ ਮਤਲਬ ਥਾਣੇ ਦੇ ਅੰਡਰ ਪੈਂਦਾ ਹੁਣ ਤੁਸੀਂ ਉਹ ਵੀ ਨਾ ਸੋਚੋ ਵੀ ਉਹਦੇ ਥੱਲੇ ਪੈਂਦਾ ਬਿਲਕੁਲ ਅੰਡਰ ਪੈਂਦਾ ਵੀ ਜ਼ਮੀਨ ਦੇ ਨੀਚੇ ਆ ਮੁਹੱਲਾ ਇਹਨਾਂ ਦੇ ਵਿੱਚ ਆਉਂਦਾ ਜਾਣੇ ਥਾਣੇ ਦੇ 15 ਸਾਲਾਂ ਤੋਂ ਸਾਡੇ ਬੰਦੇ ਫੜ ਰਹੇ ਨੇ ਸਾਡੀ ਜਾਨ ਪਛਾਣ ਗੱਲ ਕਰ ਉੱਥੇ ਫਸਿਆ ਹੋਇਆ ਤੂੰ ਜਾਣੇ ਦੀ ਇਹਨਾਂ ਦਾ ਨਾਂ ਹੈ ਪੀ ਕੇ ਤਿਆਗੀ ਤਾੜੀਆਂ ਮਾਰੋ ਹੁਣ ਤੁਸੀਂ ਸੋਚੋਗੇ ਵੀ ਪੀ ਕੇ ਉਹ ਦਾਰੂ ਵਾਲਾ ਪੀ ਕੇ ਨਹੀਂ ਇਹਨਾਂ ਦਾ ਨਾਮ ਹੈ ਪ੍ਰੇਮ ਕੁਮਾਰ ਤਿਆਗੀ ਆਹ ਲਓ ਹਾਰ ਪਾ ਲਓ ਆਪਣੇ ਹਾਰ ਪਾ ਲਓ ਬੜੇ ਅੱਛੇ ਕਵੀ ਨੇ ਜੀ ਤੁਹਾਨੂੰ ਪਤਾ ਜਾਨ ਪਹਿਚਾਣ ਵੱਲ ਕਰਨ ਤੁਹਾਨੂੰ ਰੱਖਣੀ ਪੈਂਦੀ ਹੈ ਇਹਨਾਂ ਦੇ ਬਿਲਕੁਲ ਨਾਲ ਹੈਗੇ ਨੇ ਹਾਕਮ ਸਿੰਘ ਜੀ ਜੀ ਟੀ ਰੋਡ ਵੈਸੇ ਇਹਨਾਂ ਦੀ ਆਪਸ ਦੇ ਵਿੱਚ ਬਣਦੇ ਆ ਨਹੀਂ ਬਿਲਕੁਲ ਨਹੀਂ ਬਣਦੀ ਪਤਾ ਨਹੀਂ ਕਿਉਂ ਇਕੱਠੇ ਬੈਠ ਗਏ ਇਹਨਾਂ ਦਾ ਆਪਸ ਦੇ ਵਿੱਚ ਇੱਟ ਕੁੱਤੇ ਦਾ ਵੈਰ ਆ ਹੁਣ ਇਹ ਨਹੀਂ ਮੈਂ ਦੱਸ ਸਕਦਾ ਵੀ ਇੱਟ ਕੌਣ ਹੈ ਇੱਟ ਮੈਂ ਚਲੋ ਇਹ ਤੁਹਾਡੀ ਆਪਣੀ ਗੱਲ ਆ ਨਾ ਬਾਅਦ ਵਿੱਚ ਫੈਸਲਾ ਕਰ ਲੈਣਾ ਆਲੋ ਤਾੜੀਆਂ ਮਾਰੋ ਵੀ ਹਾਰ ਪਾ ਲਓ ਹੁਣ ਮੈਂ ਆ ਰਿਹਾ ਬਿਲਕੁਲ ਆਪਣੇ ਖੱਬੇ ਪਾਸੇ ਮੀਨਸ ਲੈਫਟ ਹੈਂਡ ਸਾਈਡ ਤੇ ਬਿਲਕੁਲ ਮੈਂ ਇਹਨਾਂ ਦੀ ਗੱਲ ਕਰ ਰਿਹਾ ਜਿਹੜੇ ਚਿੱਟੇ ਕੱਪੜੇ ਪਾਈ ਬੈਠੇ ਨੇ ਬਗਲਾ ਬਣੀ ਬੈਠੇ ਨੇ ਹਾਂ ਸਮਝ ਨਹੀਂ ਆ ਰਿਹਾ ਇਹਨਾਂ ਦੀ ਹੱਥ ਲਾ ਕੇ ਦੱਸ ਦੇਣਾ ਇਹਨਾਂ ਦੀ ਗੱਲ ਕਰ ਰਿਹਾ ਵੈਸੇ ਇਹਨਾਂ ਨੂੰ ਹੱਥ ਲਾਏ ਮੈਲੇ ਹੁੰਦੇ ਨੇ ਹੁਣ ਤੁਸੀਂ ਪੁੱਛੋਗੇ ਕੀ ਮੈਲਾ ਹੁੰਦਾ ਕੱਪੜੇ 'ਚ ਹੱਥ ਬਿਲਕੁਲ ਓਬਵੀਅਸ ਹੈ ਹੱਥ ਮੈਲੇ ਹੁੰਦੇ ਨੇ ਇਹਨਾਂ ਦਾ ਨਾਮ ਹੈ ਗੁਨੀ ਰਾਮਜੀ ਠਗਿਆ ਤਾੜੀਆਂ ਮਾਰੋ ਆ ਲਓ ਹਾਰ ਪਾਓ ਆਪਣੇ ਗੱਲ ਦੇ ਵਿੱਚ ਉਹ ਤੂੰ ਇੱਥੇ ਬੈਠਾ ਪੀਟਰ ਮੈਂ ਉੱਧਰ ਖੱਜਲ ਖੁਆਰ ਹੋ ਜਾਣਾ ਤੇਰੇ ਘਰ ਮੂਹਰੇ ਉਹ ਪਹਿਲਾਂ ਤਾਂ ਮੈਂ ਖੜਕਾ ਹੀ ਗਿਆ ਬਾਹਰ ਕਿਸੇ ਨੇ ਖੋਲਿਆ ਨਹੀਂ ਫਿਰ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਸੁੱਚ ਜੀ ਦੱਬ ਦੇ ਮੈਂ ਸੁੱਚ ਦੱਬ ਦਿਆ ਕਰਾਂ ਉਹ ਵੱਜ ਜਾ ਕਰੇ ਢੰਗ ਲੰਘ ਜੇ ਕੋਈ ਪੌਣਾ ਘੰਟਾ ਉਹ ਦੱਬੀ ਗਿਆ ਕੋਈ ਬਾਹਰ ਨਿਕਲਿਆ ਬੜਾ ਖੱਜਲ ਖੁਆਰ ਹੋਇਆ ਮੈਂ ਤੂੰ ਉਰੇ ਬੈਠਾ ਯਾਰ ਉਹ ਜੰਡੇ ਤੂੰ ਚੰਡਾ ਉਹ ਜੰਡੇ ਬਚਪਨ ਦਾ ਤੈਨੂੰ ਜੰਡੇ ਹੀ ਬੁਲਾ ਰਿਹਾ ਨਾ ਨੀਚੇ ਬੈਠ ਮੈਂ ਵੀ ਉਹੀ ਕਹਿ ਰਿਹਾ ਯਾਰ ਹੈਲੋ ਹੈਲੋ ਆਹ ਕੀ ਹੈ ਮਕਾਨ ਜੀ ਕੀ ਕੌਣ ਮਰ ਗਿਆ ਬਾਈ ਤੂੰ ਨੀਚੇ ਬੈਠ ਪਤਾ ਕੀ ਚੱਕਰ ਹੈ ਜੰਡੇ ਤੂੰ ਆਇਆ ਨਾ ਮੱਝਾ ਆ ਗਿਆ ਯਾਰ ਕੌਣ ਆ ਗਿਆ ਮੱਝਾ ਆ ਗਿਆ ਮੱਝਾਂ ਆ ਗਿਆ ਚੰਡੇ ਖੁਸ਼ੀਆਂ ਦੇ ਮੌਕੇ ਤੇ ਆਇਆ ਨਾ ਸਵਾਦ ਆ ਗਿਆ ਯਾਰ ਮੇਰੇ ਕੰਨ ਦਾ ਮਤਲਬ ਚਲੋ ਛੱਡ ਤੂੰ ਆ ਕੌਣ ਮਰ ਗਿਆ ਯਾਰ ਕਿਵੇਂ ਬੈਠੇ ਹੋ ਬਾਈ ਪਹਿਲਾਂ ਮੇਰੀ ਗੱਲ ਸੁਣ ਹਾਂ ਇਹ ਤੁਹਾਡੇ ਪਿੰਡਾਂ ਵਾਲੇ ਖੇਤ ਨਹੀਂ ਹੈਗੇ ਜਿਸ ਤਰ੍ਹਾਂ ਤੂੰ ਬੈਠਾ ਨਾ ਇਸ ਤਰ੍ਹਾਂ ਤੇ ਨਹੀਂ ਚੱਲਣਾ ਮੁਸ਼ਾਇਰਾ ਹੋ ਰਿਹਾ ਪੰਥ ਹੀ ਮਾਰ ਕੇ ਬੈਠ ਕੌਣ ਹੈ ਕੌਣ ਹੈ ਮੈਂ ਦੱਸਦਾ ਇਹ ਮੇਰੇ ਬਚਪਨ ਦਾ ਦੋਸਤ ਝੰਡਾ ਤਾੜੀ ਮਾਰੋ ਝੰਡਾ ਝੰਡਾ ਕਿਹੜੇ ਮੁਲਕ ਦਾ ਝੰਡਾ ਇਹ ਬਈ ਇਹ ਮੁਲਕ ਦਾ ਨਹੀਂ ਜੀ ਪਿੰਡ ਦਾ ਹੀ ਹੈ ਜੀ ਪਿੰਡ ਸਤਾਓ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਚੌਂਕੀ ਚੀਮਾ ਮੰਡੀ ਝੰਡੇ ਪਹਿਲਾਂ ਪਾ ਲਾ ਯਾਰ ਉਹ ਕੀ ਹੈ ਇਹ ਝੰਡੇ ਦੇਖ ਤੂੰ ਅੱਜ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਇਆ ਸਾਡੇ ਮੁਸ਼ਾਇਰੇ ਦੇ ਵਿੱਚ ਆਇਆ ਬੜੀ ਖੁਸ਼ੀ ਦੀ ਗੱਲ ਹੈ ਯਾਰ ਕੀ ਹੈ ਇਹ ਮੁਸ਼ਾਇਰਾ ਹੋ ਰਿਹਾ ਇਹ ਦੁਸਹਿਰਾ ਦਾ ਸੁਣਿਆ ਇਹ ਮੁਸ਼ਾਇਰਾ ਕੀ ਹੁੰਦਾ ਵੀ ਤੂੰ ਦੁਸਹਿਰਾ ਸੁਣਿਆ ਨਾ ਹਾਂ ਇਹ ਉਹਦਾ ਕਜ਼ਨ ਹੈ ਦੇਖ ਝੰਡੇ ਪਿੰਡਾਂ ਵਿੱਚ ਚਾਚੇ ਤਾਏ ਹੁੰਦੇ ਆ ਨਾ ਹਾਂ ਵੀਰ ਵੀਰ ਹੁੰਦੇ ਆ ਨਾ ਹਾਂ ਉਸੇ ਤਰ੍ਹਾਂ ਇਹ ਵੀ ਵੀਰ ਵੀਰ ਹੁੰਦੇ ਆ ਮੁਸ਼ਾਇਰਾ ਦੁਸਹਿਰੇ ਦਾ ਵੀਰ ਵੀਰ ਉਹਦਾ ਕਜ਼ਨ ਹੋਇਆ ਅੱਛਾ 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 ਕੱਜਣ ਕਹਿੰਦੇ ਨੇ ਇਹਨੂੰ ਹੈ ਦੇਖ ਝੰਡੇ ਸਿੰਪਲ ਗੱਲ ਹੈ ਦੁਸਹਿਰੇ ਦੇ ਵਿੱਚ ਵੀ ਬੁਰਾਈਆਂ ਨੂੰ ਫੂਕ ਕੇ ਆਉਂਦੇ ਆ ਨਾ ਹਾਂ ਇੱਥੇ ਵੀ ਆਪਣੀ ਅੰਦਰ ਦੀਆਂ ਬੁਰਾਈਆਂ ਸਾਰੀਆਂ ਕੱਢ ਕੇ ਇਹ ਸ਼ਮਾਂ ਦੇ ਉੱਤੇ ਜਲਾ ਦੇਣਾ ਅੱਜ ਕੀ ਹੈ ਸ਼ਮਾਂ ਉਹਦਾ ਲਾਲਟਣ ਹੈ ਉਹ ਝੰਡੇ ਕਿਉਂ ਓਵਰ ਫਰੈਂਕ ਹੋ ਰਿਹਾ ਹੈ ਪਰਵਾਨੇ ਵਾਲੀ ਸ਼ਮਾਂ ਯਾਰ ਕੀ ਹੋ ਰਿਹਾ ਓਵਰ ਫਰੈਂਕ ਨਾ ਹੋ ਇਹ ਕੀ ਹੁੰਦਾ ਫਰੈਂਕੜੋ ਓਵਰ ਕੀ ਕਹਿਆ ਤੂੰ ਉਹ ਝੰਡੇ ਓਵਰ ਫਰੈਂਕ ਇਹ ਕੀ ਹੁੰਦਾ ਤੁਹਾਡੇ ਪਿੰਡਾਂ ਦੇ ਵਿੱਚ ਪਤਾ ਇਹਨੂੰ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਸਿਰ ਚੜ ਜਾਣਾ ਸਿਰ ਚੜ ਕੇ ਬੋਲਣਾ ਅੱਛਾ ਇਹ ਹੁੰਦਾ ਓਵਰ ਫਰੈਂਕ ਚੱਲ ਠੀਕ ਆ ਨਹੀਂ ਬੋਲਦੇ ਠੀਕ ਆ ਜਦ ਬੋਲ ਵੀ ਨਾ ਕਿਉਂਕਿ ਥਾਣੇਦਾਰ ਸਾਹਿਬ ਕੋਲ ਬੈਠੇ ਨੇ ਚਲੋ ਫੜ ਲੈਣਗੇ ਕੀ ਫਾਇਦਾ ਚਲੋ ਕੋਈ ਨਹੀਂ ਬੋਲਦੇ ਨਹੀਂ ਬੋਲਦੇ ਚੱਲ ਛੇਤੀ ਵੰਡੋ ਕੀ ਖਵਾਓਗੇ ਤੁਸੀਂ ਹੁਣ ਇੱਥੇ ਕੁਝ ਨਹੀਂ ਬਣਨਾ ਹੁੰਦਾ ਇੱਥੇ ਆਪਣੇ ਅੰਦਰੋਂ ਕਵਿਤਾਵਾਂ ਕੱਢ ਕੇ ਸਾਰਿਆਂ ਸਾਹਮਣੇ ਰੱਖਣੀਆਂ ਹੁੰਦੀਆਂ ਨੇ ਪਹਿਲਾਂ ਗੱਲ ਸੁਣ ਇੱਕ ਕੰਮ ਕਰਦੇ ਮੈਂ ਸਾਰਿਆਂ ਦੀ ਇੰਟਰੋਡਕਸ਼ਨ ਕਰਵਾ ਚੁੱਕੇ ਨਾ ਤੂੰ ਮੇਰੀ ਇੰਟਰੋਡਕਸ਼ਨ ਕਰਵਾ ਦੇ ਇਹਨਾਂ ਨਾਲ ਕੀ ਕਰੈਕਸ਼ਨ ਕਰਾਵਾਂ ਜਾਨ ਪਹਿਚਾਣ ਕਰਵਾ ਦੇਣਾ ਮੇਰੀ ਮੇਰੇ ਬਾਰੇ ਦੱਸ ਦੇ ਇਹਨਾਂ ਨੂੰ ਮੈਂ ਕੌਣ ਆ ਅੱਛਾ ਆ ਦੱਸ ਦੇ ਜੀ ਮਤਲਬ ਜੈ ਹਿੰਦ ਜੀ ਵੀ ਸਾਰਿਆਂ ਨੂੰ
ਵੀ ਸਾਡੇ ਪਿੰਡ ਦਾ ਟੱਬਰ ਹੈ ਇਹ, ਮਤਲਬ 40 ਸਾਲ ਪਹਿਲਾਂ ਸਾਡੇ ਪਿੰਡ ਰਹਿੰਦੇ ਹੁੰਦੇ ਸੀ, ਇਹਦਾ ਬਾਪੂ ਬਹੁਤ ਵਧੀਆ ਭੁੱਕੀ ਵੇਚਦਾ ਰਿਹਾ, ਐਵੇਂ ਕਹਿੰਦੀ ਉਹ ਜਿਹਾ ਮਾਲ ਦੁਬਾਰੇ ਆਇਆ ਨਹੀਂ, ਮੁੜ ਕੇ ਫਿਰ ਮਿਲਾਵਟ ਮਲੂਟ ਜੀ ਕਰਨ ਲੱਗ ਗਿਆ, ਚੋਰੀਆਂ ਚੂਰੀਆਂ ਚੱਕਰ 'ਚ ਪੈ ਗਏ, ਪਿੰਡੋਂ ਕੱਢਤੇ, ਫਿਰ ਸ਼ਹਿਰ ਆ ਗਏ, ਉਰੇ ਜਾ ਕੇ ਠੱਕੇ ਠੁੱਕੇ ਮਾਰ ਕੇ ਹੁਣ ਤਾਂ ਠੀਕ ਹੋ ਗਿਆ, ਅਸੀਂ ਇਕੱਠੇ ਖੇਡੇ ਹਾਂ ਬਚਪਨ 'ਚ ਪੀਟਾ ਪੀਟਾ। ਝੰਡੇ ਸਤਾਨ ਦੀਆਂ ਗੱਲਾਂ ਨਹੀਂ ਕਰ ਰਹੀਆਂ, ਇਹਦਾ ਸਿਰਫ ਨਾਮ ਦੱਸਣਾ ਹੁੰਦਾ ਅਤੇ ਉਹਦੇ ਬਾਰੇ ਨਾ ਵਧੀਆ ਗੱਲਾਂ ਦੱਸਣੀਆਂ ਹੁੰਦੀਆਂ ਨੇ। ਚਲੋ ਵੀ ਮੈਂ ਤਾਂ ਹੁਣ ਦੱਸਤਾ, ਜਿਹੜੀ ਬੇਇੱਜ਼ਤੀ ਹੁੰਦੀ ਨਾ ਉਹਨੂੰ ਇੰਟਰੋਡਕਸ਼ਨ ਨਹੀਂ ਕਹਿੰਦੇ, ਉਹਨੂੰ ਬੇਇੱਜ਼ਤੀ ਕਹਿੰਦੇ ਆ। ਚਲੋ ਫਿਰ ਠੀਕ ਆ, ਮੈਂ ਕਰਾਉਣਾ ਇੰਟਰੋਡਕਸ਼ਨ, ਇਹ ਵੀ ਪੀ ਪੀ ਆ। ਪੀ ਪੀ? ਪੀ ਪੀ ਮਤਲਬ ਜਿਵੇਂ ਮੋਢੇ ਤੇ ਨੀ ਲਿਖਿਆ ਪੀ ਪੀ, ਪੰਜਾਬ ਪੁਲਿਸ, ਇਹ ਆ ਪੀਟਾ ਪਿਆਸਾ। ਪਿਆਸਾ ਲਾ ਲਿਆ ਨਾਲ, ਓਏ ਤਾੜੀਆਂ ਮਾਰੋ ਬਸ, ਬਹੁਤ ਕੁਛ ਨਹੀਂ, ਨਲਕਾ ਲਵਾ ਲਾ ਘਰੇ ਫਿਰ ਪਿਆਸਾ। ਚੰਨ ਚੁੱਪ ਕਰ ਜਾ, ਕਿਉਂ ਬੇਇੱਜ਼ਤੀ ਕਰਵਾ ਰਿਹਾ ਮੇਰੀ, ਮੇਰਾ ਯਾਰ ਆ ਨਾ। ਚਲੋ ਮੇਰੇ ਕਹਿੰਦੇ ਚੁੱਪ ਕਰੇਗਾ ਨਾ? ਕਰ ਗਿਆ ਯਾਰ, ਕਰੇਗਾ ਨਾ? ਕਰ ਗਿਆ ਬਾਈ, ਕਰ ਗਿਆ। ਚੱਲ ਛੇਤੀ ਖਵਾਓ ਬਾਈ, ਕੀ ਖੋਣ? ਚੁੱਪ ਕਰ ਜਾ, ਚੰਨੇ ਕਿਉਂ ਬੇਇੱਜ਼ਤੀ ਕਰਵਾ ਰਹੇ? ਹੁਣ ਅਸੀਂ ਮੁਸ਼ਾਇਰੇ ਦਾ ਆਗਾਜ਼ ਕਰਨ ਲੱਗੇ, ਮੀਨਸ ਸ਼ੁਰੂ ਕਰਨ ਲੱਗੇ, ਇਹਦਾ ਮਤਲਬ ਹੁੰਦਾ। ਹੁਣ ਮੈਂ ਬੇਨਤੀ ਕਰਾਂਗਾ ਗੁਰੀ ਰਾਮ ਜੀ ਠੱਗਿਆ ਨੂੰ ਕਿ ਆਪਣੀ ਕਵਿਤਾ ਨਾਲ ਇਸ ਮੁਸ਼ਾਇਰੇ ਦਾ ਆਗਾਜ਼ ਕਰਨ। ਗੁਰੀ ਰਾਮ ਜੀ ਠੱਗਿਆ, ਤਾੜੀ ਮਾਰੋ। ਇਹ ਲਓ ਜੀ, ਕਵਿਤਾ ਰੱਖਣ ਲੱਗੇ ਆ। ਕਿੱਥੇ ਰੱਖਣ ਲੱਗਿਆ ਬਾਈ? ਮੇਰਾ ਮਤਲਬ ਕਵਿਤਾ ਹਾਜ਼ਰ ਹੈ। ਇਹ ਕੀ ਸਕੂਲ ਦੀ ਹਾਜ਼ਰੀ ਲਾਉਣਾ? ਕਵਿਤਾ ਬੋਲਣ ਲੱਗਿਆ ਮੈਂ। ਬੋਲੋ ਨਾ, ਮੂੰਗੀ ਦੀ ਨਾ ਮਛਰੀ ਦੀ, ਇਹ ਦੁਕਾਨ ਖੋਲਣੀ ਹੈ। ਅਜੰਡੇ ਯਾਰ, ਕਿਉਂ ਬਕਵਾਸ ਕਰ ਰਹੇ ਹੋ, ਮੇਰੀ ਬੇਇੱਜ਼ਤੀ ਕਰਵਾ ਰਹੇ ਨਾ? ਇਹਦੇ ਵਿੱਚ ਪਤਾ ਕੀ ਬੋਲਣਾ ਹੁੰਦਾ? ਕੋਈ ਵੀ ਜਿਹਦੀ ਟਰਨ ਆਵੇ, ਜਿਹੜਾ ਕਵਿਤਾ ਬੋਲੇਗਾ ਨਾ, ਕੁਛ ਵੀ ਬੋਲੇ, ਉਸ ਤੋਂ ਬਾਅਦ ਪਤਾ ਕੀ ਕਹਿਣਾ ਹੁੰਦਾ? ਵਾਹ 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 ਵਾਹ, ਇੰਨਾ ਬੋਲਾਂ, ਕੁਛ ਨਹੀਂ ਬੋਲਾਂ। ਮੈਂ ਤਾਂ ਚੁੱਪ ਹੀ ਰਹੂੰਗਾ, ਮੈਥੋਂ ਨਹੀਂ ਭੌਂਕ ਕਹਿ ਜਾਂਦਾ। ਵਾਹ, ਚੁੱਪ ਕਰ ਜਾ ਬਸ। ਨਾ ਮੂੰਗੀ ਦੀ ਨਾ ਮਛਰੀ ਦੀ, ਵਾਹ 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 ਵਾਹ, ਨਾ ਮੂੰਗੀ ਦੀ ਨਾ ਮਛਰੀ ਦੀ, ਮੇਰੇ ਦਰਦ ਹੁੰਦੀ ਹੈ ਪੱਥਰੀ ਦੀ। ਦਰਦ ਹੁੰਦੀ ਹੈ ਪੱਥਰੀ ਦੀ, ਨਾਲੇ ਦਰਦ ਹੋਈ, ਨਾਲੇ ਹੱਸੀਆਂ ਦੰਦੀਆਂ ਕੜੀਆਂ ਨੇ। ਜੇ ਅਸਲੀ ਦਰਦ ਹੋਵੇ ਨਾ ਬਾਈ ਪੱਥਰੀ ਦਾ, ਝਗੜਾ ਕੜਾ ਹੁੰਦਾ ਆਪਣੇ ਹਾਕਮ ਕੇ ਨਾ, ਜਿਹੜਾ ਮੁੰਡਾ ਭੋਲਾ ਉਹਦੇ ਹੋਈ ਆ ਪੱਥਰੀ, ਸਾਰੇ ਪਿੰਡ ਨੂੰ ਪਤਾ ਲੱਗਿਆ ਪਿਆ ਜੇ ਪੱਥਰੀ ਹੈ ਬਾਈ। ਡੰਡੇ ਚੁੱਪ ਕਰੇਗਾ ਨਹੀਂ, ਕਿਉਂ ਮਿਸ਼ਾਰੇ ਦੀ ਪੱਟੀ ਮਿਸ ਕਰ ਰਿਹਾ? ਤੈਨੂੰ ਜੇ ਵਾਹ ਵਾਹ ਨਹੀਂ ਹੁੰਦੀ ਨਾ, ਚੁੱਪ ਕਰ ਬੈਠ, ਮੇਰੀ ਬੇਇੱਜ਼ਤੀ ਕਰਵਾ ਰਿਹਾ। ਚੱਲ ਮੈਂ ਹੋਰ ਸੁਣਾਉਣਾ। ਕਾਲਾ ਕੁੱਕੜ ਬਨੇਰੇ ਤੇ, ਬਾਣੀਆਂ ਦੇ ਘਰੇ ਮੁਰਗੇ ਦਾ ਕੰਮ ਕੀ? ਗਲਾਸੀ ਮੁਰਗੇ ਜੱਟਾਂ ਦਾ ਸਮਾਨ ਆ, ਤੂੰ ਆਪਦਾ ਸਮਾਨ ਕੋਠੇ ਤੇ ਚਾੜ, ਤੂੰ ਆਪਦੇ ਹਿਸਾਬ ਨਾਲ ਕਹਿ ਵੀ ਕੋਠੇ ਤੇ ਤੱਕੜੀਏ, ਲਾਲਾ ਗਿਆ ਦੁਕਾਨ ਤੇ ਆਉਂਦੇ ਸੋਮਵਾਰ ਨੂੰ ਰੱਖੜੀਏ, ਏਦਾਂ ਦਾ ਕੁਛ। ਵਧੀਆ ਗੱਲ ਆ, ਕੋਠੇ ਤੇ ਦਾਣਾ ਏ, ਕੋਠੇ ਤੇ ਦਾਣਾ ਏ, ਮਜ਼ਾ ਆ ਗਿਆ ਉਤਰਨ ਨੂੰ। ਅੱਗੇ ਵੀ ਸੁਣਾ ਦੇ, ਮੈਂ ਕੁਝ ਖਾਣਾ ਏ। ਕੋਠੇ ਤੇ ਦਾਣਾ ਏ, ਦਾਣਾ ਅੱਗੇ ਅੱਗੇ ਮੈਂ ਲਿਖਿਆ ਨੀ, ਨਵਾਂ ਸ਼ੇਰ ਬਣਾਉਣਾ ਹੈ। ਚਲੋ ਜੈਸਾ ਵੀ ਹੈ, ਮੇਰਾ ਪਤੀ ਮੇਰਾ ਦੇਵਤਾ ਹੈ, ਵਧੀਆ ਸੀ ਯਾਰ, ਕਵਿਤਾ ਹੁੰਦੀ ਹੈ ਵਧੀਆ। ਹੁਣ ਮੈਂ ਇਸ ਮਹਿਫਲ ਨੂੰ ਸਿਖਰ ਵੱਲ ਲੈ ਕੇ ਜਾਂਦਾ, ਪਤਾ ਕੀ ਚੱਕਰ ਆ? ਹੁਣ ਮੈਂ ਆਵਾਜ਼ ਦੇਣ ਜਾ ਰਿਹਾ ਉਸ ਬੰਦੇ ਨੂੰ, ਉਸ ਸ਼ਖਸ ਨੂੰ, ਮੇਰਾ ਮਤਲਬ ਹੈ, ਮੇਰੀ ਮੁਰਾਦ ਹੈ ਪੀ 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 ਪੀ, ਮਤਲਬ ਪੀਟਾ ਪਿਆਸਾ, ਯਾਨੀ ਕਿ ਮੈਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਮੈਂ ਆਪਦੀ ਇੱਕ ਨਜ਼ਮ, ਆਪਦਾ ਇੱਕ ਸ਼ੇਰ ਤੁਹਾਡੇ ਸਾਹਮਣੇ ਅਰਜ਼ ਕਰਨ ਜਾ ਰਿਹਾ। ਕਰ ਲਾ ਭਾਈ। ਕੋਠੇ ਤੇ ਚੜ ਮਾਈਆ, ਕੀ ਗੱਲ ਧੱਕਾ ਦੇਣਾ? ਅਰਜ਼ ਕੀਤਾ, ਸੁਣੀਦਾ ਹੁੰਦਾ, ਧਿਆਨ ਦਓ। ਕੋਠੇ ਤੇ ਚੜ ਮਾਈਆ, ਉਹ ਜਿਹੜੀ ਗੱਲ ਕਰਨੀ ਹੈ ਮਾਈ ਨਾਲ ਥੱਲੇ ਖੜਾ ਕੇ ਕਰ ਲਾ, ਕੋਠੇ ਤੇ ਚੜ੍ਹ ਕੇ ਕਿਉਂ ਉਹਦਾ ਜਲੂਸ ਕੱਢਦਾ ਮਾਈ ਇਹਦਾ? ਅੱਗੇ ਤਾਂ ਸੁਣਾਉਣਾ ਨਜ਼ਮ ਹੈ, ਦੋ ਹੈ ਸ਼ੇਰ ਹੈ। ਚਲ ਸੁਣਾ ਲਾ। ਅਰਜ਼ ਕੀਤਾ, ਕੋਠੇ ਤੇ ਚੜ ਮਾਈਆ, ਕੋਠੇ ਤੇ ਚੜ ਮਾਈਆ, ਓਏ ਹੁਣ ਚੜ ਗਿਆ ਹੋਣਾ, ਕਿੰਨੀਆਂ ਕੁ ਪੌੜੀਆਂ ਨੇ, ਪਾਣੀ ਵਾਲੀ ਟੈਂਕੀ ਤੇ ਚੜ੍ਹਨਾ ਹੈ? ਅੱਗੇ ਸੁਣੋ ਤਾਂ ਸੀ ਨਾ, ਅਰਜ਼ ਕੀਤਾ, ਪੂਰਾ ਸੁਣੋ, ਕੋਠੇ ਤੇ ਚੜ ਮਾਈਆ, ਤੇਰੇ ਨਾਲ ਅੱਜ ਮੇਰੀਆਂ ਅੱਖਾਂ ਗਈਆਂ ਲੜਮਾਈਆਂ। ਮਜ਼ਾ ਆ ਗਿਆ ਨਾ? ਅੱਖਾਂ ਹੋ ਗਈਆਂ, ਮਖਿਆਲ ਦੀਆਂ ਮੱਖੀਆਂ ਹੋ ਗਈਆਂ, ਮਾਏ ਤਾਂ ਸੁੱਜ ਗਿਆ ਉਹ ਥਾਂ ਥਾਂ ਤੋਂ। ਉਹ ਕੋਈ ਚੰਗੀ ਚੀਜ਼ ਸੁਣਾ ਦੋ, ਗੱਲ ਜੀ ਨਹੀਂ ਬਣੀ ਦੱਸੋ ਪੀਟੇ। ਮਜ਼ਾ ਨਹੀਂ ਆਇਆ? ਨਾ, ਨਵਾਂ ਸੁਣ, ਹੁਣ ਨੀ ਆਮਦ ਹੋਈ ਹੈ, ਆਪਣੀ ਕਲਮ ਵਿੱਚੋਂ ਨਿਕਲਿਆ ਸ਼ੇਰ ਸੁਣਾਉਣਾ। ਸੁਣਾ ਦੇ। ਇਹ ਚੋਰੀ ਮੈਂ ਨਹੀਂ ਕੀਤੀ। ਹੋਰ ਤੇਰੀ ਭੂਆ ਨੇ ਕੀਤੀ ਹੈ, ਫਿਰ ਕੀਤੀ ਕਿਹਨੇ ਇਹ? ਸ਼ੇਰ ਆ, ਸ਼ੇਰ ਸੁਣਾ ਰਿਹਾ, ਚੋਰੀ ਮੰਨ ਗਿਆ। ਸੁਣਾ ਸੁਣਾ ਸੁਣਾ। ਇਹ ਚੋਰੀ ਮੈਂ ਨਹੀਂ ਕੀਤੀ। ਵਾਹ 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 ਵਾਹ। ਇਹ ਚੋਰੀ ਮੈਂ ਨਹੀਂ ਕੀਤੀ। ਉਹ ਪੀਟੇ ਅੱਗੇ ਸੁਣਾ, ਠਾਣਾ ਨਹੀਂ ਕੁੱਟ ਕੇ ਨਹੀਂ ਮਿਲਾ ਦੇਣੀ, ਅੱਗੇ ਬੋਲ। ਸ਼ੇਰ ਆ, ਸੁਣ ਲਓ, ਇਹ ਚੋਰੀ ਮੈਂ ਨਹੀਂ ਕੀਤੀ, ਮੇਰਾ ਨਾਂ ਲੱਗਦਾ। ਉਹ ਕਿਉਂਕਿ ਪਿੰਡ ਤੇਰੇ ਪਿਓ ਨੇ ਪਹਿਲਾਂ ਬਹੁਤ ਕੀਤੀਆਂ, ਤਾਂ ਲੱਗਦਾ। ਵਾਹ 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 ਵਾਹ।
ਹਾਜ਼ਰ ਜੀ। ਇੱਕ ਵਾਰ ਫਿਰ ਜੁਗਨੂ ਮਹੱਲਾ ਮੁਸ਼ਾਇਰੇ ਦੇ ਵਿੱਚ ਮੇਰੇ ਵੱਲੋਂ ਤੇ ਮੇਰੇ ਸਾਥੀ ਕਵੀਆਂ ਵੱਲੋਂ ਆਪ ਸਭ ਦਾ ਸਵਾਗਤ ਹੈ, ਤਾੜੀਆਂ। ਤੇ ਹੁਣ ਮੈਂ ਨੈਕਸਟ ਕੈਂਡੀਡੇਟ ਨੇ ਜਿਹੜੇ ਨੈਕਸਟ ਸ਼ਾਇਰ ਨੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ। ਸੁਣੋ ਗੱਲ ਸੁਣ, ਉਧਰ ਸੱਦਾ ਛੱਡ, ਪਹਿਲਾਂ ਮੇਰੀ ਗੱਲ ਸੁਣ, ਘੰਟਾ ਹੋ ਗਿਆ ਮੂੰਹ ਵੱਲ ਦੇਖਦੇ ਨੂੰ। ਥਾਣੇਦਾਰ ਸਾਹਿਬ, ਮੈਂ ਇਹਨਾਂ ਨੂੰ ਸੱਦਾ ਦੇਣ ਜਾ ਰਿਹਾ। ਉਹਨਾਂ ਨੂੰ ਸੱਦਾ ਛੱਡਣਾ ਸੀ, ਜਿੱਥੇ ਜਾਈਦਾ ਬਿਨਾਂ ਸੱਦੇ ਹੀ ਜਾਈਦਾ, ਸੱਦ ਨਾ ਸਾ ਸਾਨੂੰ ਤੂੰ। ਇਹਦਾ ਮਤਲਬ ਤੁਸੀਂ ਧੱਕੇ ਨਾਲ ਬਾਰੀ ਖੋ ਰਹੇ ਹੋ। ਖੋ ਰਿਹਾ ਕੀ ਕਰ ਲੇਗਾ? ਨਹੀਂ, ਵਧੀਆ ਗੱਲ ਆ ਨਾ, ਆਪਣੇ ਆਪ ਅੰਦਰੋਂ ਸ਼ਾਇਰੀ ਫੁੱਟ ਰਹੀ ਹੈ। ਦੇਖੋ ਕਿੰਨਾ ਉਤਸ਼ਾਹ ਹੈ ਕਵੀਆਂ ਦੇ ਵਿੱਚ, ਬਹੁਤ ਵਧੀਆ ਗੱਲ ਹੈ। ਥਾਣੇਦਾਰ ਸਾਹਿਬ, ਆਪਣਾ ਸ਼ੇਰ ਅਰਜ਼ ਕਰੋ, ਸ਼ਾਬਾਸ਼, ਇਰਸ਼ਾਦ। ਮੇਰਾ ਸ਼ੇਰ ਸੁਣੋ ਪਹਿਲਾਂ। ਸੁਣਾਓ। ਹੁਕਮ ਕੀਤਾ ਹੈ ਭਾਈ, ਵਰਦੀ ਪਾਈ ਹੋਈ ਆ, ਕੁਛ ਵੀ ਕਰ ਸਕਦੇ ਹੋ। ਪੁਲਿਸ ਵਾਲੇ ਹੁਕਮ ਹੀ ਕਰਦੇ ਹੁੰਦੇ। ਅੱਛਾ ਜੀ, ਸ਼ੇਰ ਸੁਣੋ। ਹੁਣੇ ਹੁਣੇ ਆਇਆ ਇਹ ਜਿਹੜਾ ਹੌਲਦਾਰ ਫੜਾ ਗਿਆ ਸੀਗਾ। ਚੁੱਪ ਕਰਕੇ ਸੁਣ ਲਾ, ਸੁਣਾਉਣ ਦੇ ਮੇਰੇ ਕੋਲ ਹੋਰ ਵੀ ਤਰੀਕੇ ਆ। ਅੱਛਾ ਜੀ, ਸ਼ੇਰ ਆਇਆ ਜੀ? ਸ਼ੇਰ ਆਇਆ। ਇਹ ਕਿੰਨੇ ਕੁ ਜ਼ੋਰ ਦੀ ਆਇਆ ਜੀ? ਚੁੱਪ ਕਰਕੇ ਸੁਣ ਲਾ, ਉਹ ਝੰਡੇ ਕੇ ਡੰਡੇ ਜੋ ਵੀ ਆ ਤੂੰ। ਹਾਂਜੀ, ਬੋਲੋ ਬੋਲੋ। ਬਾਲਟੀ ਡਿੱਗੀ ਖੂਹ 'ਚ, ਬੱਲੇ ਬਈ ਬੱਲੇ। ਇਹ ਥਾਂਦਾ ਸਾਹਿਬ ਗੁੱਸਾ ਨਾ ਕਰਿਓ, ਇਹ ਖੂਹ ਤਾਂ ਹੁੰਦਾ ਜੀ। ਓ ਸੌਰੀ, ਕਈ ਵਾਰ ਗਲਤੀ ਲੱਗ ਜਾਂਦੀ ਹੈ। ਅੱਛਾ ਜੀ, ਬਾਲਟੀ ਡਿੱਗੀ ਖੂਹ 'ਚ, ਬੱਲੇ ਬਈ ਬੱਲੇ। ਬਹੁਤ ਬਈ, ਬਹੁਤ ਬਹੁਤ ਬੱਲੇ ਬੱਲੇ। ਇੱਕ ਤਾਂ ਨੁਕਸਾਨ ਹੋ ਗਿਆ, ਉੱਤੋਂ ਬੱਲੇ ਬੱਲੇ। ਹਾਂ, ਥੈਂਕ ਯੂ ਥੈਂਕ ਯੂ। ਬਾਲਟੀ ਡਿੱਗੀ ਖੂਹ 'ਚ, ਬੱਲੇ ਬਈ ਬੱਲੇ। ਠੀਕ ਠਾਕ ਦਾ ਇਹ ਮੈਂ ਦੇਖਦਾ ਜੀ, ਕਿੰਨਾ ਕੁ ਡੂੰਘਾ ਖੂਹ ਹਜੇ ਪਹੁੰਚੀ ਨਹੀਂ ਜੀ। ਚੁੱਪ ਕਰਕੇ ਬਹਿ ਜਾ, ਚੁੱਪ ਕਰਕੇ ਸੁਣਾਉਣ ਦੇ ਹੋਰ ਵੀ ਤਰੀਕੇ ਬਹੁਤ ਆ ਮੇਰੇ ਕੋਲ। ਚਲੋ ਠੀਕ ਹੈ ਜੀ, ਬਾਹਰ ਦੂਸਰੇ ਤਰੀਕੇ ਨਾਲ ਸੁਣਾਓ, ਦੂਸਰਾ ਸ਼ੇਰ ਸੁਣਾਓ। ਸੁਣੋ, ਬਾਲਟੀ ਡਿੱਗੀ ਖੂਹ 'ਚ, ਬੱਲੇ ਬਈ ਬੱਲੇ। ਬਈ ਅੱਗੇ ਵੀ ਬੋਲੋ ਹੁਣ। ਅੱਗੇ ਕੀ ਬਈ, ਬਾਲਟੀ ਕੱਢ ਲਈ ਖੂਹ 'ਚੋਂ, ਬੱਲੇ ਵੀ ਬੱਲੇ। ਗੱਲ ਬਣੀ ਨੀ ਨਾ, ਬਣੀ ਨੀ ਗੱਲ, ਬਣਾਵਾ? ਨਹੀਂ, ਇਹ ਗੱਲ ਬਣ ਗਈ ਆਪਣੇ ਆਪ। ਪਤਾ ਕੀ ਚੱਕਰ ਹੈ, ਇਹ ਇਹਦੇ ਨਾਲ ਰਿਲੇਟਡ ਹੈਗਾ ਵੀ ਦੇਖੋ, ਨਾ ਤਾਂ ਬੰਦੇ ਨੂੰ ਵਾਲੀ ਖੁਸ਼ੀ ਹੋਈ ਆ ਤੇ ਨਾ ਹੀ ਵਾਲਾ ਦੁੱਖ ਹੋਇਆ। ਜਦੋਂ ਬਾਲਟੀ ਵਿੱਚ ਗਿਰੀ ਤੇ ਉਹਨੇ ਗੁੱਸਾ ਨਹੀਂ ਕੀਤਾ, ਉਹਨੂੰ ਦੁੱਖੀ ਨਹੀਂ ਹੋਇਆ, ਬਾਹਰ ਰਹਿਣਾ ਚਾਹੀਦਾ ਤੇ ਜ਼ਿਆਦਾ ਖੁਸ਼ ਨਹੀਂ ਹੋਇਆ। ਇਨਸਾਨ ਨੂੰ ਨਾ ਜ਼ਿਆਦਾ ਖੁਸ਼ੀ ਵੇਲੇ ਖੁਸ਼ੀ ਹੋਣੀ ਚਾਹੀਦੀ ਹੈ ਤੇ ਨਾ ਕਮੀ ਵੇਲੇ ਜ਼ਿਆਦਾ ਕੰਮ ਹੋਣਾ। ਇਹ ਇਹਨਾਂ ਦਾ ਮੇਨ ਹੈ, ਬਹੁਤ ਮੇਨ ਹੋ ਤੁਸੀਂ। ਕੋਈ ਹੋਰ ਸੁਣਾ ਦਿਓ ਜੀ, ਵੀ ਗੱਲ ਜੀ ਬਣੀ ਨਹੀਂ। ਹੋਰ ਸੁਣੋ ਫਿਰ, ਮੈਂ ਤੁਹਾਨੂੰ ਇਸ਼ਕ ਦੀ ਹੱਡ ਬੀਤੀ ਸੁਣਾਉਣਾ। ਹੱਡ ਬੀਤੀ ਜਾਂ ਹੱਡ ਕੁੱਟੀ? ਤੁਹਾਡੀ ਤਾਂ ਹੱਡ ਕੁੱਟਦੇ ਹੋ, ਹੱਡ ਕੁੱਟੀਆਂ। ਚਲੋ ਜੀ, ਸੁਣੋ। ਜਿਸਕੋ ਦਿਲ ਦੀਆ ਵੋ ਦਿੱਲੀ ਚਲੀ ਗਈ। ਬਦਲੀ ਹੋ ਗਈ ਹੋਣੀ ਜੀ। ਜਿਸਕੋ ਦਿਲ ਦੀਆ ਉਹ ਦਿੱਲੀ ਚਲੀ ਗਈ। ਵਾਹ ਵਾਹ, ਤੁਹਾਡਾ ਪਿਓ ਕਰੂਗਾ। ਜਿਸਕੋ ਪਿਆਰ ਕੀਆ ਵੋ ਇਟਲੀ ਚਲੀ ਗਈ। ਦਿਲ ਨੇ ਕਿਹਾ ਕਿ ਖੁਦਕਸ਼ੀ ਕਰ ਲਏ ਹੈ ਜ਼ਾਲਿਮ। ਬਿਜਲੀ ਕੀ ਨੰਗੀ ਤਾਰ ਕੋ ਹੱਥ ਲਗਾਇਆ ਤੋ ਬਿਜਲੀ ਚਲੀ ਗਈ। ਮਾੜੀ ਕਿਸਮਤ ਹੋਏ ਪੰਜਾਬ ਦੀ। ਹੁਣ ਮੈਂ ਆਵਾਜ਼ ਦੇਣ ਜਾ ਰਿਹਾ ਉਹਨਾਂ ਦੇ ਬਿਲਕੁਲ ਨਾਲ ਬੈਠੇ, ਬਿਲਕੁਲ ਨਜ਼ਦੀਕ ਬੈਠੇ ਮਿਸਟਰ ਹਾਕਮ ਸਿੰਘ ਦੀ ਚਿੱਟੀ ਰੋੜੀਆ, ਤਾਲੀਆਂ ਮਾਰੋ। ਬਹੁਤ ਬਹੁਤ ਸ਼ੁਕਰੀਆ। ਵੈਸੇ ਮੇਰੀ ਬਾਰੀ ਪਹਿਲਾਂ ਮੇਰੇ ਤੋਂ ਖੋਲੀ ਗਈ ਹੈ ਧੱਕੇ ਨਾਲ, ਪਰ ਜਿਹੜੇ ਆਦਮੀ ਨੇ ਮੇਰੀ ਬਾਰੀ ਖੋਈ ਆ ਉਹ ਕੋਈ ਖਾਸ ਦਬਦਬਾ, ਕੋਈ ਖਾਸ ਪ੍ਰਭਾਵ ਨਹੀਂ ਬਣਾ ਸਕਿਆ। ਮੈਂ ਦੱਸਦਾ ਸ਼ਾਇਰੀ ਕੀ ਹੁੰਦੀ ਹੈ। ਵਾਹ ਵਾਹ, ਕਿਹਨੂੰ ਕਹਿੰਦੇ ਨੇ ਸ਼ਾਇਰੀ? ਮੇਰੇ ਖੁਦ ਦੇ ਲਿਖੇ ਹੋਏ ਸ਼ੇਅਰ ਜਿਹੜੇ ਕਿ ਬਹੁਤ ਪ੍ਰਚਲਿਤ ਨੇ ਉਹ ਤੁਹਾਨੂੰ ਸੁਣਾਉਣਾ ਤੇ ਦੱਸਦਾ ਕਿ ਸ਼ਾਇਰੀ ਕੀ ਹੁੰਦੀ ਹੈ। ਜਜ਼ਬਾ ਹੈ, ਜਜ਼ਬਾ। ਸੁਣੋ ਜ਼ਰਾ ਗੌਰ ਨਾਲ। ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਓਏ ਹੱਥ ਪਰੇ ਨੂੰ ਕਰ ਲਾ, ਭੰਨ ਦੂੰਗਾ ਹੱਥ ਤੇਰਾ ਮੈਂ। ਕਈ ਵਾਰ ਗਲਤੀ ਨਾਲ ਸ਼ੇਅਰ ਹੈ, ਸ਼ੇਅਰ ਹੈ, ਸ਼ੇਅਰ ਹੁੰਦੇ ਨੇ ਕਈ ਵਾਰ। ਇਹਨੂੰ ਡੋਨਟ ਟੇਕ ਇਟ ਪਰਸਨਲ। ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਨਜ਼ਰਾਂ ਲਾਵੇਂਗਾ ਜੁੱਤੀਆਂ ਖਾਵੇਂਗਾ। ਅਸੀਂ ਜੁੱਤੀਆਂ ਮਾਰਦੇ ਹੁੰਦੇ, ਖਾਂਦੇ ਨਹੀਂ ਹੁੰਦੇ, ਤੈਨੂੰ ਸ਼ਾਇਦ ਪਤਾ ਨਹੀਂ। ਬਹਿਸ ਨਹੀਂ ਕਰਨੀ, ਐਕਚੁਅਲੀ ਸ਼ੇਰੋ ਸ਼ਾਇਰੀ ਹੋ ਰਹੀ ਹੈ, ਲੜਾਈ ਨਹੀਂ ਹੋ ਰਹੀ। ਗੁੱਸਾ ਕਰ ਜਾਂਦੇ ਨੇ, ਪਤਾ ਨਹੀਂ ਕੀ ਇਹਨਾਂ ਦਾ। ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਨਜ਼ਰਾਂ ਲਾਵੇਂਗਾ ਜੁੱਤੀਆਂ ਖਾਵੇਂਗਾ। ਬਹੁਤ ਅੱਛੇ। ਉਹ ਜਾਂਦੀ ਹੈ ਮੇਰੇ ਯਾਰ ਦੀ ਗੱਡੀ, ਹਾਏ ਨਹੀਂ ਇਹ ਤਾਂ ਉਹ ਸੀ। ਕਿਹੜਾ ਸੀ? ਜਿਹੜਾ ਪਰਸੋਂ ਕੁੱਟਿਆ ਸੀ ਜੀ, ਮਤਲਬ ਲੈ ਲਓ ਸਵਾਦ। ਹਾਏ ਨਹੀਂ ਇਹ ਤਾਂ ਉਹ ਸੀ, ਹਾਏ ਨਹੀਂ ਇਹ ਤਾਂ ਉਹ ਸੀ। ਚੱਲ ਰਾਣੀ ਤੇਰਾ ਰੱਬ ਰਾਖਾ। ਕਿਆ ਸ਼ਾਇਰੀ! ਰਾਣੀ ਤੇਰਾ ਰੱਬ ਰਾਖਾ, ਰੱਬ ਨੂੰ ਇਨਵੋਲਵ ਕੀਤਾ। ਅੱਛਾ ਜੀ, ਰੱਬ ਨੂੰ ਲੈ ਕੇ ਆਇਆ ਵਿੱਚ ਮੈਂ। ਜੀ ਜੀ ਜੀ, ਚੱਲ ਰਾਣੀ ਤੇਰਾ ਰੱਬ ਰਾਖਾ, ਚੱਲ ਰਾਣੀ ਤੇਰਾ ਰੱਬ ਰਾਖਾ। ਹੌਰਨ ਪਲੀਜ਼, ਓਕੇ, ਟਾਟਾ, ਬਾਏ ਬਾਏ। ਤੇ ਅੱਗੇ ਅੱਗੇ ਹੱਡ ਪਿੱਛੇ ਫੇਰ ਮਿਲਾਂਗੇ, ਮਿਲਦੇ ਜੁਲਦੇ ਰਹਾਂਗੇ। ਇਹ ਮੈਨੂੰ ਲੱਗਦਾ ਸ਼ੇਰ ਸ਼ੂਰ ਤਾਂ ਘੱਟ ਦੇ, ਟਰੱਕ ਹੀ ਪੜਤਾ। ਚਲੋ, ਪਤਾ ਕੀ ਚੱਕਰ ਆ, ਤਾੜੀਆਂ ਮਾਰੋ, ਬਹੁਤ ਅੱਛੀ ਕੋਸ਼ਿਸ਼ ਕੀਤੀ ਆ। ਹਾਕਮ ਸਿੰਘ ਵਧੀਆ ਸੀ। ਹੁਣ ਪਤਾ ਸਾਰਾ ਬੋਝ ਮੈਂ ਆਪਣੇ ਦਾਰੋ ਮਦਾਰ ਆਪਣੇ ਮੋਢਿਆਂ 'ਤੇ ਲੈਂਦਾ ਹੋਇਆ ਇਸ ਮੁਸ਼ਾਇਰੇ ਨੂੰ ਫਿਰ ਸਿਖਰ ਵੱਲ ਲੈ ਕੇ ਜਾਂਦਾ ਹੋਇਆ। ਤੁਹਾਡਾ ਆਪਣਾ ਪਿਆਰਾ ਪੀਪੀ ਪੀਟਾ ਪਿਆਸਾ, ਮੈਂ ਆਪਣੇ ਆਪਣੇ ਇੱਕ ਦੋ ਨਜ਼ਮਾਂ ਜਾਂ ਦੋ ਸ਼ੇਰ ਦੋ ਦੋ ਇਹ ਤੁਹਾਡੇ ਸਾਹਮਣੇ ਕਹਿਣ ਲੱਗਿਆ। ਕਹੋ ਜੀ। ਇਹ ਨਾ ਬਿਜ਼ਨਸ ਨਾਲ ਰਿਲੇਟਡ ਹੈਗਾ, ਕਾਰੋਬਾਰ ਨਾਲ ਸੰਬੰਧਿਤ ਸ਼ੇਅਰ ਹੈਗਾ, ਜਿਹੜੇ ਬੰਦੇ ਨੇ ਵਿਜ਼ਨ ਕਰਨਾ ਨਾ ਉਹਦੇ ਨਾਲ ਸੰਬੰਧਿਤ ਹੈਗਾ। ਬੜਾ ਦਾਤ ਦੋ। ਵਾਹ 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 ਵਾਹ। ਬੰਦੇ ਨੇ ਸਵੇਰੇ ਉੱਠ ਕੇ ਕੱਪੜਾ ਮਾਰ ਕੇ ਲਿਸ਼ਕਾਇਆ ਹੋਵੇ। ਵਾਹ ਵਾਹ ਵਾਹ। ਸਵੇਰੇ ਉੱਠ ਕੇ ਕੱਪੜਾ ਮਾਰ ਕੇ ਲਿਸ਼ਕਾਇਆ ਹੋਵੇ,
ਘੱਟੋ ਘੱਟ 25 ਰੁਪਏ ਕਿਰਾਇਆ ਹੋਵੇ। ਕਿਰਾਇਆ ਵਾਹ ਵਾਹ। ਸਵੇਰੇ ਉੱਠ ਕੇ ਕੱਪੜਾ ਮਾਰ ਕੇ ਲਿਸ਼ਕਾਇਆ ਹੋਵੇ, ਘੱਟੋ ਘੱਟ 25 ਰੁਪਏ ਕਿਰਾਇਆ ਹੋਵੇ। ਬੰਦੇ ਨੇ ਡੀਜ਼ਲ ਵਾਲਾ ਆਟੋ ਪਾਇਆ ਹੋਵੇ। ਵਾਹ 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 ਵਾਹ। ਡੀਜ਼ਲ ਵਾਲਾ ਆਟੋ, ਕਿਆ ਬੰਦੇ ਨੇ ਡੀਜ਼ਲ ਵਾਲਾ ਆਟੋ ਪਾਇਆ ਹੋਵੇ। ਬੱਸ ਸਟੈਂਡ ਤੋਂ ਚੱਲ ਕੇ ਚੌੜੇ ਬਾਜ਼ਾਰ ਦੇ ਵਿੱਚ ਜਾ ਕੇ ਖੜਦਾ ਹੈ। ਆਟੋ ਦੀ ਗੱਲ ਕਰ ਰਿਹਾ, ਬੱਸ ਸਟੈਂਡ ਤੋਂ ਚੱਲ ਕੇ ਚੌੜੇ ਬਾਜ਼ਾਰ ਦੇ ਵਿੱਚ ਜਾ ਕੇ ਖੜਦਾ ਹੈ। ਓਏ ਬੰਦਾ 200 ਰੁਪਏ ਲੈ ਕੇ ਘਰ ਵੜਦਾ, ਬੰਦਾ ਸ਼ਾਮ ਨੂੰ 200 ਰੁਪਏ ਲੈ ਕੇ ਘਰ ਵੜਦਾ, ਬੰਦਾ ਸ਼ਾਮ ਨੂੰ 200 ਰੁਪਏ ਲੈ ਕੇ। ਗੱਲ ਜੀ ਬਣੀ ਨਹੀਂ ਪੀਟੇ, ਕੰਮ ਬਦਲ ਲਾ। ਆਪਾਂ ਕੰਮ ਚੇਂਜ ਕਰ ਦਿੰਦੇ ਹਾਂ। ਅਰਜ਼ ਕੀਤਾ ਹੈ ਬੰਦੇ ਨੇ ਅੰਬਾਂ ਵਾਲੀ ਰੇੜੀ ਲਾਈ ਹੋਵੇ। ਅੰਬਾਂ ਵਾਲੀ ਰੇੜੀ, ਬੰਦੇ ਨੇ ਅੰਬਾਂ ਵਾਲੀ ਰੇੜੀ ਲਾਈ ਹੋਵੇ, ਮੇਨ ਮਾਰਕੀਟ ਦੇ ਵਿੱਚ ਕਢਾਈ ਹੋਵੇ। ਅੱਛਾ, ਬੰਦੇ ਨੇ ਅੰਬਾਂ ਵਾਲੀ ਰੇੜੀ ਲਾਈ ਹੋਵੇ, ਮੇਨ ਮਾਰਕੀਟ ਦੇ ਵਿੱਚ ਕਢਾਈ ਹੋਵੇ, ਰੇੜੀ ਵਾਲੇ ਇੱਕ ਇੱਕ ਬੰਦੇ ਨੂੰ ਇਕੱਲੇ ਇਕੱਲੇ ਬੰਦੇ ਨੂੰ ਵਧਾਈ ਹੋਵੇ। ਕਿਉਂ? ਕਿਉਂਕਿ ਹਰ 5 ਮਿੰਟ ਬਾਅਦ ਰੇੜੀ ਤੇ ਆ ਕੇ ਗਾਹਕ ਖੜਦਾ ਹੈ। ਇਸੇ ਸਿਲਸਿਲੇ ਦੇ ਵਿੱਚ ਬੰਦਾ ਸ਼ਾਮ ਨੂੰ ਘੱਟੋ ਘੱਟ ਬੰਦਾ 200 ਰੁਪਏ ਲੈ ਕੇ ਘਰ ਵੜਦਾ, ਬੰਦਾ 200 ਰੁਪਏ ਲੈ ਕੇ ਘਰ ਵੜਦਾ, ਬੰਦਾ 200 ਰੁਪਏ ਲੈ ਕੇ। ਤਾੜੀਆਂ! ਪੀੜਾ ਸਾਹਿਬ ਗੱਲ ਬਣੀ ਨੀ, ਸਾਡਾ ਜਿਹੜਾ ਕੰਮ ਹੈ ਨਾ ਤੁਹਾਡੇ ਕੰਮ ਨਾਲੋਂ ਬਹੁਤ ਫਰਕ ਆ। ਸਾਡੇ ਕੰਮ ਦੀ ਸੁਣੋ, ਟਰੱਕਾਂ ਦਾ। ਹਾਂ, ਟਰੱਕਾਂ ਦਾ ਕੰਮ ਸਿਰਿਆ ਕੀ ਕਿਵੇਂ ਹੁੰਦਾ ਬਾਈ? ਇਹ 'ਚ ਐਂ ਹੁੰਦਾ ਕਿ ਬੰਦੇ ਨੇ ਕੋਲੇ ਦੀ ਗੱਡੀ ਭਰਾਈ ਹੋਵੇ। ਅੱਛਾ, 100 ਦੀ ਸਪੀਡ ਤੇ ਭਜਾਈ ਹੋਵੇ, ਇੱਥੇ ਰੱਖ, ਉਹ ਸਾਹਮਣੇ ਚੜਾਈ ਹੋਵੇ। ਅੱਛਾ, ਉਹ ਭਰਿਆ ਹੋਇਆ ਟਰੱਕ ਚੜਾਈ ਕਿੱਥੇ ਚੜਦਾ ਹੈ? ਫੇਰ ਜੀ ਐਕਸਲ ਤੜਾ ਕੇ 10 ਦਿਨ ਉੱਥੇ ਹੀ ਖੜਦਾ। ਅੱਛਾ, ਫੇਰ ਕੋਲੇ ਕੰਡਕਟਰ ਦੀ ਮੰਜੀ ਡਹਾਈ ਹੋਵੇ, ਬਸ ਫੇਰ ਸਾਰਿਆਂ ਨੂੰ ਇਸੇ ਗੱਲ ਦੀ ਵਧਾਈ ਹੋਵੇ, ਵਧਾਈ ਹੋਵੇ, ਵਧਾਈ ਹੋਵੇ। ਵਾਹ ਵਾਹ ਵਾਹ, ਫਿੜੇ ਮੂੰਹ ਗੱਲਬਾਤ। ਚਲੋ ਵਧੀਆ ਵਧੀਆ। ਚਲੋ ਜੀ ਫਿਰ ਤੁਸੀਂ ਦੱਸ ਦਿਓ ਆਪਦੇ ਕੰਮ ਨਾਲ ਵੀ। ਟਰੱਕ ਦਾ ਜੀ ਵੜਿਆ ਹੋਇਆ ਮੇਰਾ ਸ਼ੇਰ ਸੁਣ ਪੁਲਿਸ ਵਾਲਾ। ਹਾਂਜੀ, ਤੁਹਾਡੇ ਕੰਮ 'ਚ ਕੀ ਹੁੰਦਾ? ਇਹਦੇ ਵਰਗਾ ਬੰਦਾ ਪੁਲਿਸ ਦੇ ਡਿੱਕੇ ਆਇਆ ਹੋਵੇ। ਅੱਛਾ, ਪੁਲਿਸ ਦੇ ਡਿੱਕੇ ਬੰਦਾ ਆਇਆ ਹੋਵੇ, ਹਵਾਲਾ 'ਚ ਬਿਠਾਇਆ ਹੋਵੇ, ਹਵਾਲਾ 'ਚ ਬਿਠਾਇਆ ਹੋਵੇ, ਭੁੱਕੀ ਦਾ ਕੇਸ ਪਾਇਆ ਹੋਵੇ। ਠੀਕ ਹੈ ਜੀ, ਫੇਰ? ਫੇਰ ਬੰਦਾ ਆਪਣੀਆਂ ਲੱਤਾਂ 'ਤੇ ਨਹੀਂ ਖੜਦਾ। ਕਿਉਂ ਜੀ? ਕਿਉਂਕਿ ਘੰਟੇ ਘੰਟੇ ਬਾਅਦ ਕੋਠਾ ਚੜਦਾ, ਘੰਟੇ ਘੰਟੇ ਬਾਅਦ ਕੋਠਾ ਚੜਦਾ। ਹਰ ਵਕਤ ਹੱਡ ਭੰਨਣ ਦੀਆਂ ਗੱਲਾਂ ਹੀ ਕਰੋਗੇ ਜੀ। ਦੇਖੋ ਜਿਹੜੀ ਸ਼ਹਿਰੋ ਸ਼ਹਿਰੀ ਅੱਗੇ ਵਧਦੀ ਜਾ ਰਹੀ ਹੈ, ਹਰੇਕ ਬੰਦਾ ਆਪਦੇ ਕੰਮ ਨਾਲ ਰਿਲੇਟਡ ਸ਼ੇਅਰ ਸੁਣਾ ਰਿਹਾ। ਹੁਣ ਮੈਂ ਸੱਦਾ ਦੇਣ ਜਾ ਰਿਹਾ ਮੇਰੇ ਹਰ ਦਿਲ ਅਜ਼ੀਜ਼, ਮੇਰੇ ਦੋਸਤ, ਮੇਰੇ ਬਚਪਨ ਦੇ ਯਾਰ ਜੰਡਾ। ਤਾੜੀਆਂ, ਤਾੜੀ ਮਾਰੋ ਏ। ਵੀ ਮੈਂ ਦੱਸਾਂ ਨੀ ਸਾਡੇ ਕੰਮ 'ਚ, ਵੀ ਨਾ ਤਾਂ ਸਾਡਾ ਅੰਬਾਂ ਉਂਬਾਂ ਦਾ ਕੰਮ ਜੱਚਦਾ, ਨਾ ਤੇਰਾ ਆਟੋ ਜਾਂ ਨਾ ਟਰੱਕ ਹੈ, ਨਾ ਉਹਦਾ ਭਾਈ ਪੁਲਿਸ ਹੈ। ਸਾਡਾ ਤਾਂ ਫਿਰ ਸਿੱਧਾ ਹੀ ਕੰਮ ਹੁੰਦਾ ਜੀ ਪਿੰਡਾਂ ਵਾਲਿਆਂ ਦਾ। ਕਿਵੇਂ? ਬਈ ਹੱਥ 'ਚ ਗੰਡਾਸਾ ਫੜਿਆ ਹੋਵੇ। ਗੰਡਾਸਾ ਫੜਿਆ ਹੋਵੇ, ਹੱਥ 'ਚ ਗੰਡਾਸਾ ਫੜਿਆ ਹੋਵੇ, ਲੈ ਗੰਡਾਸਾ ਕੋਕਿਆਂ ਨਾਲ ਜੜਿਆ ਹੋਵੇ। ਵੱਡੀ ਗੱਲ ਹੈ, ਹੱਥ 'ਚ ਗੰਡਾਸਾ ਫੜਿਆ ਹੋਵੇ, ਗੰਡਾਸਾ ਕੋਕਿਆਂ ਨਾਲ ਜੜਿਆ ਹੋਵੇ, ਬੰਦੇ ਨੂੰ ਬੋਤਲ ਦਾ ਨਸ਼ਾ ਚੜਿਆ ਹੋਵੇ। ਗੱਲ ਵਾ, ਬੋਤਲ ਦਾ ਨਸ਼ਾ, ਫੇਰ ਤਾਂ ਬੰਦਾ ਰਾਜ ਜਾਂਦੇ ਹਰੇਕ ਜਣੇ ਖਣੇ ਨਾਲ ਲੜਦਾ ਹੈ। ਮਜ਼ਾ ਆ ਗਿਆ ਯਾਰ, ਮਜ਼ਾ ਆ ਗਿਆ। ਕਿੰਨੇ ਪੈਸੇ ਕਮਾ ਲੈਂਦਾ? ਉਹ ਪੈਸੇ ਨਹੀਂ ਕਮਾਉਂਦਾ, ਫੇਰ ਤਾਂ ਬੰਦਾ ਭਾਈ ਲੱਖ ਡੂਢ ਲੱਖ ਨੂੰ ਥਾਣੇ ਕਚਹਿਰੀਆਂ 'ਚ ਖੂਹ ਪੱਟ ਕੇ ਘਰੇ ਵੜਦਾ। ਹਾਜ਼ਰ ਜੀ। ਲਓ ਜੀ, ਤੁਹਾਡਾ ਇੱਕ ਵਾਰ ਫਿਰ ਜੁਗਨੂ ਮੁਹੱਲਾ ਮੁਸ਼ਾਇਰੇ ਦੇ ਵਿੱਚ ਸਵਾਗਤ। ਓ ਯਾਰ, ਇਹ ਬਾਅਦ 'ਚ ਗੱਲ ਨਹੀਂ ਕੀ ਕਰਨਾ, ਬਾਗਤ ਬੂਤ 'ਚ ਮੇਰਾ ਸਿਰ ਖਾ ਗਿਆ, ਉਹਰੇ ਘੰਟਾ ਹੋ ਗਿਆ, ਮੈਨੂੰ ਤਾਂ ਕੁਝ ਖਵਾ ਦਿਓ ਯਾਰ, ਭੁੱਖ ਲੱਗੀ ਯਾਰ। ਜੰਡੇ ਚੁੱਪ ਕਰ ਯਾਰ, ਕਿਉਂ ਬੋਲ ਰਿਹਾ? ਮੁਸ਼ਾਇਰਾ ਚੱਲ ਰਿਹਾ ਨਾ। ਦੇਖੋ, ਤੁਹਾਨੂੰ ਦੱਸ ਰਿਹਾ ਵੀ ਪਹਿਲਾਂ ਮੁਸ਼ਾਇਰਾ, ਸਾਡੀ ਲੜਾਈ ਆਪਸ ਦੀ ਲੜਾਈ ਦੇ ਵਿੱਚ ਨਾ ਥੋੜ੍ਹਾ ਸਥਗਿਤ ਹੋ ਗਿਆ ਸੀਗਾ, ਬਾਅਦ ਵਿੱਚ ਅਸੀਂ ਜੰਡੇ ਨੂੰ ਸਮਝਾ ਬਜਾ ਲਿਆ। ਜੰਡਾ ਕਿਹਦਾ ਦੋਸਤ ਹੈ? ਮੇਰਾ। ਕਿਹਨੇ ਸਮਝਾਉਣਾ ਸੀ? ਮੈਂ। ਫਿਰ ਮੈਂ ਸਮਝਾ ਲਿਆ। ਹੁਣ ਆਪਾਂ ਮੁਸ਼ਾਇਰੇ ਦੀ ਕਾਰਵਾਈ ਅੱਗੇ ਸ਼ੁਰੂ ਕਰਦੇ ਹਾਂ। ਹੁਣ ਰਹਿੰਦੇ ਸੀਗੇ ਅਸੀਂ ਸਾਰਿਆਂ ਨੇ ਆਪਦੇ ਆਪਦੇ ਸ਼ੇਅਰ ਸੁਣਾ ਤੇ ਆਪਦੇ ਕਾਰੋਬਾਰ ਨਾਲ ਸੰਬੰਧਿਤ। ਹੁਣ ਰਹਿੰਦੇ ਸੀਗੇ ਸਾਡੇ ਖੱਬੇ ਪਾਸੇ ਬੈਠੇ ਗੁਨੀ ਰਾਮ ਜੀ ਠਗਿਆ। ਦੇਖੋ ਗੁਨੀ ਰਾਮ ਠਗਿਆ ਜੀ, ਆਪਦੇ ਤੁਸੀਂ ਕਾਰੋਬਾਰ ਇਸ ਸੰਬੰਧਿਤ ਕੋਈ ਸ਼ੇਅਰ ਸੁਣਾਓ। ਦੇਖੋ ਮੈਂ ਆਪਦੇ ਕਾਰੋਬਾਰ ਸੰਬੰਧਿਤ ਅੰਬਾਂ ਦੀ ਰੇੜੀ ਬਾਰੇ, ਆਟੋ ਬਾਰੇ ਸ਼ੇਅਰ ਸੁਣਾਏ ਨੇ, ਇਹਨਾਂ ਨੇ ਪਿੰਡ ਦੇ ਗੰਡਾਸੇ ਬਾਰੇ ਸ਼ੇਅਰ ਸੁਣਾਇਆ, ਉਹਨਾਂ ਨੇ ਟਰੱਕਾਂ ਨਾਲ ਸੰਬੰਧਿਤ ਸ਼ੇਅਰ ਸੁਣਾਇਆ, ਉਹਨਾਂ ਨੇ ਯੂਥ ਪਤਾਮ ਦੇ ਨਾਲ ਸ਼ੇਅਰ ਸੰਬੰਧਿਤ ਸੁਣਾਇਆ, ਜਿਹੜਾ ਆਪਣੇ ਠਾਣੇਦਾਰ ਸਾਹਿਬ ਨੇ। ਤੁਸੀਂ ਵੀ ਆਪਦੇ ਕਾਰੋਬਾਰ ਨਾਲ ਸੰਬੰਧਿਤ ਨਾ ਸ਼ੇਅਰ ਸੁਣਾਓ। ਤਾੜੀਆਂ। ਮੇਰਾ ਸ਼ੇਅਰ ਦੁਕਾਨਦਾਰੀ ਨਾਲ ਸੰਬੰਧਿਤ ਹੈ। ਵੈਰੀ ਗੁੱਡ। ਕਹਿੰਦੇ ਬਾਣੀਆਂ ਦਿਮਾਗ ਹੋਵੇ। ਵਾਹ, ਬਾਣੀਆਂ ਕੋਲੇ ਦਿਮਾਗ ਹੁੰਦਾ, ਹੋਰ ਸਾਡੇ ਪਿੰਡਾਂ ਵਾਲੇ ਕੋਲੇ ਹੁੰਦਾ? ਜੇ ਸਾਡੇ ਪਿੰਡਾਂ ਵਾਲੇ ਕੋਲੇ ਦਿਮਾਗ ਹੁੰਦਾ ਫਿਰ ਸਾਨੂੰ ਉਹੀ ਲੁੱਟੀ ਜਾਂਦੇ ਤੁਸੀਂ, ਵਿਆਜ ਲਾ ਲਾ ਕੇ। ਜੰਡੇ ਚੁੱਪ ਕਰ ਜਾ ਯਾਰ, ਕਰ ਜਾਂਦਾ ਯਾਰ। ਗੌਰ ਫਰਮਾਨਾ ਜੀ, ਇਰਸ਼ਾਦ। ਕਹਿੰਦੇ ਬਾਣੀਆਂ ਦਿਮਾਗ ਹੋਵੇ, ਦਿਮਾਗ ਹੱਟੀ ਤੇ ਗਾਹਕ ਹੋਵੇ। ਦੁਰ ਫਟੇ ਮੂੰਹ ਬਿੱਲੀ ਨੂੰ ਚੂਹਾਂ ਦੇ ਸੁਪਨੇ। ਚੁੱਪ ਕਰ ਜਾ ਯਾਰ। ਬਾਣੀਆਂ ਦਿਮਾਗ ਹੋਵੇ ਤੇ ਹੱਟੀ ਤੇ ਗਾਹਕ ਹੋਵੇ ਤੇ ਗਾਹਕ ਨਾਲ ਜਵਾਕ ਹੋਵੇ। ਵਾਹ, ਦੇਖੋ ਸੋਚ ਦੇਖੋ ਸ਼ਾਇਰ ਦੀ, ਬਹੁਤ ਕਮਾਲ ਕਮਾਲ। ਵਾਹ, ਦੁਕਾਨਦਾਰ ਫਿਰ ਦੋਵੇਂ ਹੱਥਾਂ ਨਾਲ ਨੋਟ ਫੜਦਾ ਹੈ। ਅੱਛਾ ਜੀ, ਫੇਰ ਅੱਗੇ? ਫਿਰ ਦੁਕਾਨਦਾਰ ਦੋਵੇਂ ਹੱਥਾਂ ਨਾਲ ਨੋਟ ਫੜਦਾ ਹੈ ਤੇ ਫਿਰ ਅੱਗੇ? ਅੱਗੇ ਕੀ? ਅੱਗੇ ਇਹਨਾਂ ਨੂੰ ਠੱਗੀ ਮਾਰੇ ਬਿਨਾ ਕਾਹਨੂੰ ਫੜਦਾ, ਠੱਗੀ ਮਾਰੇ ਬਿਨਾ ਕਾਹਨੂੰ ਫੜਦਾ। ਵਾਹ 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 ਵਾਹ, ਤਾੜੀਆਂ।
ਬਾਹਰ ਲਿਖਿਆ ਸੀ ਨਸ਼ੇ ਛਡਾਉਣ ਲਈ ਇੱਥੇ ਮਿਲੋ। ਨਸ਼ੇ ਛਡਾਉਣ ਲਈ ਇੱਥੇ ਮਿਲੋ, ਬਾਹਰ ਲਿਖਿਆ ਸੀ ਵੀ ਨਸ਼ੇ ਛਡਾਉਣ ਲਈ ਇੱਥੇ ਮਿਲੋ, ਅੰਦਰ ਜਾ ਕੇ ਦੇਖਿਆ ਕਹਿੰਦੇ ਭੁੱਕੀ 800 ਰੁਪਏ ਕਿਲੋ। ਦਿਲ ਨਾਲ ਦਿਮਾਗ ਨਾਲ। ਅੱਛਾ, ਸ਼ੁਕਰ ਹੈ ਜੀ ਡੰਡਾ ਨੀ ਵਰਤਿਆ। ਉਹ ਸੁਣ ਕੇ ਇਰਸ਼ਾਦ, ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ। ਝੰਡੇ ਯਾਰ, ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਕਿਤੇ ਸੁਣਿਆ ਲੱਗਦਾ ਯਾਰ ਗਾਣਾ। ਉਹ ਤੂੰ ਕਿਤੇ ਸੁਣ ਲਿਆ, ਮੈਂ ਤਾਂ ਹੁਣ ਲਿਖਿਆ। ਮੇਰਾ ਮਤਲਬ ਹੁਣ ਹੀ ਸੁਣਿਆ ਨਾ ਤੁਹਾਡੇ ਤੋਂ ਹੀ। ਸੁਣ ਕੇ ਹਾਂਜੀ, ਸੁਣਾਉਣ ਦੇ ਹੋਰ ਵੀ ਤਰੀਕੇ ਆ। ਨਹੀਂ, ਆ ਸੁਣਾਉਣ ਵਾਲੇ ਤੁਹਾਡਾ ਬੜਾ ਅੱਛਾ ਤਰੀਕਾ। ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਮੂਲੀ ਨਾਲ ਗੰਢਾ ਹੋਵੇ, ਵਾਣ ਵਾਲਾ ਮੰਜਾ ਹੋਵੇ, ਮੰਜੇ ਉੱਤੇ ਬੈਠਾ ਪੁਲਸੀਆ ਬਣਿਆ ਨਵਾਬ ਹੋਵੇ। ਮੈਂ ਕਿਹਾ ਜੀ ਆਪਣਾ ਪੰਜਾਬ ਹੋਵੇ ਤੇ ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ। ਬਸ ਵਰਦੀ ਆਪਦੀ ਵਰਤ ਲਈ, ਉਹ ਤਾਂ ਗੁਰਦਾਸ ਮਾਨ ਦਾ ਮਿਲਣ ਲਾ ਓਏ। ਹਾਂਜੀ, ਡੰਡੇ ਚੁੱਪ ਕਰੋ। ਕਿਸੇ ਗੁਰਦਾਸ ਮਾਨ ਦਾ ਹੋਵੇ ਜਾਂ ਭਗਵੰਤ ਮਾਨ ਦਾ ਹੋਵੇ, ਹਾਂਜੀ ਅਸੀਂ ਹੁੰਦੇ ਹਾਂ ਪੁਲਿਸ ਵਾਲੇ ਜੀ। ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਅਸੀਂ ਆਪਣੇ ਨਾਲ ਲਾ ਲਈ। ਚਲੋ ਜੀ, ਸ਼ਾਬਾਸ਼ ਜੀ, ਸ਼ਾਬਾਸ਼। ਉਹ ਯਾਰ ਬਾਕੀ ਗੱਲਾਂ ਛੱਡੋ ਯਾਰ, ਆਪਣਾ ਪੰਜਾਬ ਮੂਲੀ ਗੰਢੇ ਜੇ ਉਹਨੇ ਕਹੇ ਨੇ, ਮੇਰੇ ਮੂੰਹ 'ਚ ਪਾਣੀ ਆ ਗਿਆ, ਭੁੱਖ ਲੱਗੀ ਆ, ਕੁਝ ਖਵਾ ਦੇ। ਡੰਡੇ ਆ, ਖਾਣ ਪੀਣ ਦੀ ਗੱਲ ਸ਼ਾਮ ਨੂੰ ਕਰਾਂਗੇ। ਅਜੇ ਪਤਾ ਸਾਰੇ ਸ਼ਹਿਰਾਂ ਦੀ ਦੋ ਦੋ ਵਾਰੀ ਹੋਰ ਆਉਣੀ ਰਹੇ ਤੇ ਮੈਂ ਕਰਵਾ ਰਿਹਾ, ਮੈਂ ਤਿੰਨ ਵਾਰੀ ਲਵਾਂਗਾ। ਅਜੇ ਦੋ ਦੋ ਵਾਰੀ ਹਰੇਕ ਨੇ ਫੇਰ ਬੋਲਣਾ। ਲੈ ਫਿਰ ਐਂ ਕਰੋ, ਫਿਰ ਅੱਜ ਦੇ ਹਿਸਾਬ ਨਾਲ ਹੀ ਮੈਂ ਹੁਣ ਸ਼ੇਰ ਲਿਖਿਆ ਹੁਣੀ। ਚੱਲ ਸੁਣ ਲਓ ਮੇਰਾ ਯਾਰ ਦੋਸਤ, ਯਾਰ ਸੁਣੋ ਸੁਣਾ। ਹੁਣੀ ਲਿਖਿਆ ਵੀ ਇਹ ਤਾਂ ਹੁਣੀ ਖਤਮ ਹੋ ਜੂ ਕੰਮ, ਇਹ ਮਤਲਬ ਵਧੀਆ ਹੋ ਜੂ ਇਹਦੇ ਨਾਲ। ਸੁਣਾਓ, ਅਰਜ ਕੀਤਾ ਕਿ ਅਰਜ ਕਹਿੰਦੇ ਹੁੰਦੇ ਨੇ, ਅਰਜ ਲੈ ਵੀ ਅਰਜ ਕੀਤਾ ਹੈ, ਕਰ ਕਰ। ਮੈਨੂੰ ਲੱਗਦਾ ਅੱਜ, ਮੈਨੂੰ ਲੱਗਦਾ ਅੱਜ ਅੱਜ 1 2 3 ਚਾਰ ਪੰਜ ਘਰਾਂ 'ਚ ਸਿਆਪਾ ਹੋ। ਵਾਹ ਵਾਹ ਵਾਹ, ਮੈਨੂੰ ਲੱਗਦਾ ਅੱਜ ਚਾਰ ਪੰਜ ਘਰਾਂ 'ਚ ਸਿਆਪਾ ਹੋ। ਮੈਨੂੰ ਲੱਗਦਾ ਅੱਜ ਚਾਰ ਪੰਜ ਘਰਾਂ 'ਚ ਸਿਆਪਾ ਹੋ। ਕਿਵੇਂ ਬਈ? ਕਿਉਂਕਿ ਅੱਜ ਫਿਰ ਮੈਥੋਂ ਤੁਹਾਡਾ ਸਾਰਿਆਂ ਦਾ ਆਹ ਡਾਂਗ ਨਾਲ ਕਟਾਪਾ। ਡੰਡੇ ਹਾਜ਼ਰ ਜੀ।